ਇੱਕ ਝੜੇ ਹੋਏ ਬਲਬ ਅਤੇ ਇੱਕ ਪੁਰਾਣੀ ਪਲਾਸਟਿਕ ਬੋਤਲ ਨਾਲ ਇੱਕ ਬਹੁਤ ਘੱਟ ਖਰਚੇ ਵਾਲਾ ਮਾਡਲ ਬਣਾ ਸਕਦੇ ਹੋ। ਬਲਬ ਦਾ ਥੱਲਾ ਕੱਢਣ ਅਤੇ ਨਾਲ ਕੱਢਣ ਦੇ ਨਾਲ ਅਤੇ ਪਲਾਸਟਿਕ ਬੋਤਲ ਦਾ ਉੱਪਰਲਾ ਹਿੱਸਾ ਕੱਟਣ ਲਈ ਕਿਸੇ ਸਿਆਣੇ ਬੰਦੇ ਦੀ ਮਦਦ ਲਵੋ। ਹੁਣ ਕੱਚ ਦੇ ਬਲਬ ਦੇ ਰਿਮ ਅਤੇ ਬੋਤਲ ਦੇ ਸਿਰੇ ਉੱਪਰ ਗੂੰਦ ਲਗਾਓ। ਗੂੰਦ ਨੂੰ ਥੋੜ੍ਹਾ ਜਿਹਾ ਸੁੱਕਣ ਦਿਓ ਅਤੇ ਦੋਨਾਂ ਨੂੰ ਜੋੜ ਦਿਓ। ਇਸ ਦਾ ਤੱਲਾ ਕੱਚ ਦੇ ਬਲਬ ਦਾ ਅਤੇ ਸਿਰਾ ਬੋਤਲ ਦਾ ਹੋਵੇਗਾ। ਲਾਲ ਰੰਗ ਦੇ ਢੱਕਣ ਨੂੰ ਖੋਲ੍ਹ ਦਿਓ। ਪਲਾਸਟਿਕ ਦੀ ਸ਼ੀਟ ਤੋਂ ਤਿੱਤਲੀ ਕੱਟ ਲਵੋ। ਉਸ ਵਿੱਚ ਰੰਗ ਭਰ ਲਵੋ। ਉਸ ਨੂੰ ਟੁੱਥਪਿਕ ਉੱਪਰ ਲਗਾ ਦਿਓ। ਟੁੱਥਪਿਕ ਨੂੰ ਪੀਲੀ ਰਬੜ ਦੀ ਡਿਸਕ ਉੱਪਰ ਲਗਾ ਦਿਓ। ਤਿੱਤਲੀ ਦੇ ਖੰਭਾਂ ਨੂੰ ਮੋੜੋ ਅਤੇ ਬਲਬ ਵਿੱਚ ਪਾ ਦਿਓ।